ਦਿਨੋਂ ਦਿਨ ਪੰਜਾਬੀ ਮਾਂ ਬੋਲੀ ਦੀ ਨਿੱਘਰ ਰਹੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਬਰਨਾਲਾ ਵਿੱਚ ਸਾਹਿਤਕਾਰ ਪਰਮਜੀਤ ਸਿੰਘ ਮਾਨ ਦੇ ਗ੍ਰਹਿ ਵਿਖੇ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਵੱਲੋਂ ਇੱਕ ਉਪਰਾਲਾ ਕੀਤਾ ਗਿਆ, ਜਿਸ ਵਿੱਚ ਦੇਸ਼ ਵਿਦੇਸ਼ ਵਿੱਚੋਂ ਆਏ ਪੰਜਾਬੀ ਮਾਂ ਬੋਲੀ ਦੇ ਮਦਈਆਂ ਨੇ ਹਿੱਸਾ ਲਿਆ। ਮੁੱਖ ਤੌਰ 'ਤੇ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਕੈਨੇਡਾ ਦੇ ਸਹਾਇਕ ਸੰਸਥਾਪਕ ਸਰਦਾਰ ਦਵਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਅੱਜ ਦੀ ਇਸ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਆਪਣੇ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਕਰੀਬ 12.5 ਕਰੋੜ ਪੰਜਾਬੀ ਪਾਕਿਸਤਾਨ ਵਿੱਚ ਚਲੇ ਗਏ, ਜਿਸ ਨਾਲ ਪੰਜਾਬੀ ਮਾਂ ਬੋਲੀ ਨੂੰ ਨਾ ਪੂਰਾ ਹੋਣ ਵਾਲਾ ਇੱਕ ਵੱਡਾ ਘਾਟਾ ਪਿਆ, ਜਿਸ ਦੀ ਅਸਹਿ ਪੀੜਾ ਵਿੱਚੋਂ ਅਜੇ ਪੰਜਾਬੀ ਉੱਭਰੇ ਹੀ ਨਹੀਂ ਸਨ ਕਿ ਪੰਜਾਬੀ ਸੂਬੇ ਦੇ ਨਾਂ ਦੇ ਉੱਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਫਿਰ ਟੋਟੇ ਕਰ ਦਿੱਤੇ ਗਏ। ਹੁਣ ਹਾਲਾਤ ਇਹ ਬਣ ਗਏ ਹਨ ਕਿ ਜਿਹੜਾ ਛੋਟਾ ਜਿਹਾ ਪੰਜਾਬ ਬਚਿਆ ਹੈ ਉਸ ਅੰਦਰ ਵੀ ਪੰਜਾਬੀ ਭਾਸ਼ਾ ਨੂੰ ਵੱਡਾ ਖੋਰਾ ਲੱਗ ਰਿਹਾ ਹੈ। ਪੰਜਾਬੀ ਸੂਬਾ ਬਣਾਉਣ ਵਾਲਿਆਂ ਨੇ ਸੂਬਾ ਬਣਾ ਕੇ ਆਪਣੀ ਸਰਕਾਰ ਤਾਂ ਬਣਾ ਲਈ, ਪਰ ਲੰਬਾ ਸਮਾਂ ਪੰਜਾਬੀ ਮਾਂ ਬੋਲੀ ਦੇ ਨਾਂ 'ਤੇ ਸੱਤਾ ਦਾ ਸੁੱਖ ਵੀ ਮਾਣਿਆ, ਪਰ ਅਸਲ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਕੋਈ ਯੋਗਦਾਨ ਨਹੀਂ ਪਾਇਆ। ਹੁਣ ਤੱਕ ਪੰਜਾਬੀ ਦੀਆਂ ਸਾਰੀਆਂ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਵਿੱਚ ਘੇਸਲ ਹੀ ਵੱਟੀ ਬੈਠੀਆਂ ਹਨ। ਪੰਜਾਬੀ ਭਾਸ਼ਾ ਦੇ ਨਾਂ 'ਤੇ ਬਣੀ ਪੰਜਾਬੀ ਯੂਨੀਵਰਸਿਟੀ ਵੀ ਪੰਜਾਬੀ ਬੋਲੀ ਲਈ ਕੋਈ ਬਹੁਤਾ ਵਧੀਆ ਰੋਲ ਕਰਨ ਵਿੱਚ ਅਸਮਰੱਥ ਹੀ ਦਿਖਾਈ ਦੇ ਰਹੀ ਹੈ। ਇਸ ਸਮੇਂ ਹਰਬਖਸ਼ ਸਿੰਘ ਗਰੇਵਾਲ ਲੁਧਿਆਣਾ, ਮਹਿੰਦਰ ਸਿੰਘ ਸੇਖੋਂ ਲੁਧਿਆਣਾ, ਦਵਿੰਦਰ ਸਿੰਘ ਸੇਖਾ ਸਾਰੇ ਸਹਾਇਕ ਸੰਸਥਾਪਕ, ਡਾਕਟਰ ਰਾਕੇਸ਼ ਪੁੰਜ ਚੇਅਰਮੈਨ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ, ਕੁਲਦੀਪ ਸਿੰਘ ਗਰੇਵਾਲ ਜ਼ਿਲ੍ਹਾ ਇੰਚਾਰਜ, ਰਘਵੀਰ ਸਿੰਘ ਕੱਟੂ, ਜਗਤਾਰ ਬੈਂਸ, ਤੇਜਾ ਸਿੰਘ ਤਿਲਕ, ਸਰਬਜੀਤ ਕੌਰ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ, ਰਾਜਵੰਤ ਸਿੰਘ ਭੱਦਲਵੱਡ, ਤਜਿੰਦਰ ਸਿੰਘ ਚੜ੍ਹੋਕ, ਮੇਜਰ ਸਿੰਘ ਗਿੱਲ, ਰਾਮ ਸਿੰਘ ਬੀਲਾ, ਅਸ਼ੋਕ ਭਾਰਤੀ ਅਤੇ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ ਆਦਿ ਹਾਜ਼ਰ ਸਨ। ਇੱਕ ਨਾਲ ਨਹੀਂ ਕਾਮਯਾਬ ਹੁੰਦੀ, ਸਾਡੀ ਆਜ਼ਾਦੀ ਮੂਵਮੈਂਟ ਸੀ, ਇਹਦੇ 'ਚ ਮਹਾਤਮਾ ਗਾਂਧੀ ਜੀ ਦਾ ਰੋਲ ਸੀ, ਸੁਭਾਸ਼ ਚੰਦਰ ਬੋਸ ਸੀ, ਭਗਤ ਸਿੰਘ ਦਾ ਰੋਲ ਸੀ, ਗਰਮ ਖਿਆਲੀ ਨਰਮ ਖਿਆਲੀ ਵਿੱਚ ਵਿਚਾਲੇ ਵਾਲੇ ਸਾਰੇ ਆਪਦਾ ਕੰਮ ਕਰਦੇ ਆ। ਜੇ ਅਸੀਂ ਇੱਕ ਦੂਜੇ ਨੂੰ ਭੱਟਣ ਲੱਗ ਜਾਂਗੇ ਤੁਸੀਂ ਇੱਥੇ ਤੁਸੀਂ ਵਾਲੀ ਗੱਲ ਨਹੀਂ ਨਾ। ਦਵਿੰਦਰ ਸਿੰਘ ਘਟਾਲਾ, ਮੈਂ ਵੈਨਕੂਵਰ ਕੈਨੇਡਾ ਤੋਂ ਆਇਆ ਅਤੇ ਪੰਜਾਬੀ ਭਾਈਚਾਰਾ ਪੰਜਾਬੀ ਪ੍ਰਸਾਰ ਵਾਸਤੇ ਜਿਹੜਾ ਭਾਈਚਾਰਾ ਸਾਡੀ ਜਿਹੜੀ ਆਰਗਨਾਈਜੇਸ਼ਨ ਬਣੀ ਹੈ ਅਤੇ ਉਹਦੇ ਸੰਬੰਧ ਦੇ ਵਿੱਚ ਮੈਂ ਉਹਦਾ ਇੱਕ ਹਿੱਸਾ ਹਾਂ ਅਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਿਰ ਜੋੜ ਕੇ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਕੇ ਇਹਨੂੰ ਅੱਗੇ ਕਿੱਦਾਂ ਚਲਾਉਣਾ ਹੈਗਾ ਉਸ ਸੰਬੰਧ ਦੇ ਵਿੱਚ ਅਸੀਂ ਇਕੱਠੀ ਮੀਟਿੰਗਾਂ ਕਰ ਰਹੇ ਸੀ। ਅੱਜ ਕੀ ਮਕਸਦ ਆ ਜੀ ਬਰਨਾਲਾ ਵਿਖੇ ਤੁਸੀਂ ਇਹ? ਬਰਨਾਲਾ ਵਿਖੇ ਸਾਨੂੰ ਇਹ ਦੱਸਿਆ ਗਿਆ ਸੀਗਾ ਵੀ ਇੱਥੋਂ ਦੀ ਜਿਹੜੀ ਇਕਾਈ ਹੈ ਬਹੁਤ ਇੰਟਲੈਕਚੁਅਲ ਬੰਦੇ ਆ, ਬਹੁਤ ਡੈਡੀਕੇਟਡ ਬੰਦੇ ਆ ਅਤੇ ਉਹਨਾਂ ਨੂੰ ਮਿਲਣਾ ਬਹੁਤ ਜ਼ਰੂਰੀ ਆ ਅਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਕੇ ਅਸੀਂ ਵੱਧ ਤੋਂ ਵੱਧ ਇੱਥੇ ਟਾਈਮ ਦੇ ਰਹੇ ਹਾਂ ਅਤੇ ਸਾਰਿਆਂ ਦੀ ਵਿਊਜ਼ ਲੈ ਰਹੇ ਹਾਂ। ਆਮ ਪੰਜਾਬੀਆਂ ਨੂੰ ਪੰਜਾਬੀ ਮਾਂ ਬੋਲੀ ਬਚਾਉਣ ਲਈ ਕੀ ਉਪਰਾਲਾ ਕਰਨਾ ਚਾਹੀਦਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ ਤੋਂ ਬਿਨਾਂ ਕੁਛ ਨਹੀਂ ਹੁੰਦਾ। ਆਪਾਂ ਨੂੰ ਕਿਸੇ ਕਿਸਮ ਦੀ ਵੀ ਕੋਈ ਪ੍ਰੋਬਲਮ ਹੋਵੇ ਤਾਂ ਆਪਾਂ ਉਸ ਪਰਟੀਕੁਲਰ ਚੀਜ਼ ਦੀ ਉਹਦੇ ਬਾਰੇ ਐਜੂਕੇਟ ਕਰਦੇ ਹਾਂ ਆਪਣੇ ਆਪ ਨੂੰ ਅਤੇ ਫਿਰ ਆਪਾਂ ਉਹਦੇ ਸਲੂਸ਼ਨ ਲੱਭਦੇ ਹਾਂ। ਇਸੇ ਤਰ੍ਹਾਂ ਹੀ ਇਹ ਹੈਗਾ ਵੀ ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਪੰਜਾਬੀ ਇਜ਼ ਡਾਇੰਗ ਲੈਂਗੁਏਜ ਜਿਹੜਾ ਕਿਹਾ ਗਿਆ ਹੈਗਾ, ਇਸ ਗੱਲ ਨੇ ਸਾਨੂੰ ਜਗਾ ਦਿੱਤਾ ਅਤੇ ਹੁਣ ਜਾਗਣ ਤੋਂ ਬਾਅਦ ਅਸੀਂ ਇਹ ਵਿਚਾਰ ਕਰ ਰਹੇ ਹਾਂ ਵੀ ਕਿਸ ਵਜ੍ਹਾ ਕਰਕੇ ਇਹ ਡਾਈ ਹੋ ਰਹੀ ਹੈ ਅਤੇ ਕਿੱਥੇ ਸਾਡਾ ਕਸੂਰ ਹੈ, ਕਿੱਥੇ ਸਾਡੀਆਂ ਡਿਊਟੀਜ਼ ਹੈਗੀਆਂ, ਉਹਨਾਂ ਨੂੰ ਅਸੀਂ ਆਪਦੇ ਆਪ ਨੂੰ ਐਜੂਕੇਟ ਕਰਕੇ ਉਹਦੇ ਵੱਲ ਅਸੀਂ ਵਧਣਾ ਹੈਗਾ ਤਾਂ ਕਿ ਇਹਦੇ ਵਿੱਚ ਅਸੀਂ ਕੁਛ ਨਾ ਕੁਛ ਕੰਟਰੀਬਿਊਟ ਕਰ ਸਕੀਏ। ਥੈਂਕ ਯੂ ਜੀ। ਵੀਰ ਜੀ, ਤੁਹਾਡਾ ਨਾਮ? ਮੈਂ ਮਹਿੰਦਰ ਸਿੰਘ ਸੇਖੋਂ ਲੁਧਿਆਣਾ ਤੋਂ ਹਾਂ ਅਤੇ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਦਾ ਸਹਿ ਸੰਚਾਲਕ ਹਾਂ।
ਅਤੇ ਇੱਥੇ ਸਾਡਾ ਆਉਣ ਦਾ ਮਕਸਦ ਇਹ ਸੀਗਾ ਕਿ ਬਰਨਾਲਾ ਅਕਾਲੀ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇ, ਉਹਨਾਂ ਦੇ ਨਾਲ ਸਾਰੀਆਂ ਗੱਲਾਂ ਦੱਸੀਆਂ ਜਾਣ ਜਿਹੜੀਆਂ ਕਿ ਅਸੀਂ ਪਿਛਲੇ 3-4 ਦਿਨ ਜਿਹੜੇ ਸਾਡੇ ਰਹੇ ਆ ਉਹ ਕਾਫੀ ਮਹੱਤਵਪੂਰਨ ਰਹੇ ਆ। ਉਹਦੇ ਵਿੱਚ ਅਕਾਲ ਤਖਤ ਦੇ ਜਥੇਦਾਰ, SGPC ਦੇ ਪ੍ਰਧਾਨ, ਉਸ ਤੋਂ ਬਾਅਦ ਰਵੀ ਸਿੰਘ ਜਿਹੜੇ ਖਾਲਸਾ ਏਡ ਵਾਲੇ ਆ ਉਹਨਾਂ ਨਾਲ ਵੀ ਸੰਪਰਕ ਸਥਾਪਿਤ ਹੋਇਆ, ਅਤੇ ਜਿੱਥੇ ਕਿ ਉਹਨਾਂ ਨੂੰ ਉਹ ਗੱਲਾਂ ਦੱਸੀਆਂ ਗਈਆਂ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਹੋਈ ਨਹੀਂ ਸੀ, ਜਾਂ ਕਿਸੇ ਵੀ ਹੋਰ ਬੰਦੇ ਨੇ ਉਹਨਾਂ ਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ ਹੋਈ ਨਹੀਂ। ਉਹ ਸੀਗਾ ਜੀ ਕਿ ਆਪਣੇ ਕੋਲ ਪੰਜਾਬੀ ਭਾਸ਼ਾ ਦੇ ਹੱਕਾਂ ਸੱਚਾਂ ਦੇ ਲਈ, ਹੱਕ ਸੱਚ ਦੇ ਲਈ ਕਾਨੂੰਨ ਹੈਗੇ ਆ, ਪਰ ਉਹ ਕਾਨੂੰਨਾਂ ਨੂੰ ਕਾਨੂੰਨ ਬਾਰੇ ਜਾਂ ਤਾਂ ਲੋਕਾਂ ਨੂੰ ਜਾਣਕਾਰੀ ਹੈ ਨਹੀਂ, ਅਤੇ ਜਾਂ ਸਰਕਾਰ ਉਹਦੇ ਉੱਤੇ ਘੇਸੜ ਵੱਟੀ ਬੈਠੀ ਆ ਅਤੇ ਉਹਨਾਂ ਕਾਨੂੰਨਾਂ ਨੂੰ ਲਾਗੂ ਨਹੀਂ ਕਰ ਰਹੀ, ਅਤੇ ਜਾਂ ਜਿਹੜਾ ਉਹਨਾਂ ਦਾ ਅਮਲਾ ਹੈਗਾ ਉਹ ਉਹਨਾਂ ਵੱਲ ਧਿਆਨ ਨਹੀਂ ਦਿੰਦਾ, ਅਤੇ ਸਰਕਾਰ ਜਿਹੜੀ ਆ ਉਸ ਦੇ ਉੱਤੇ ਕੋਈ ਐਕਸ਼ਨ ਨਹੀਂ ਲੈ ਰਹੀ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਾਰੇ ਲੋਕਾਂ ਨੂੰ ਦੱਸ ਰਹੇ ਹਾਂ, ਅਤੇ ਆਪਣੇ ਇੱਥੋਂ ਜਿਹੜੀ ਅੱਗੇ ਵੀ ਗੱਲਾਂ ਵਧਣ ਅਤੇ ਪੰਜਾਬੀ ਭਾਸ਼ਾ ਜਿਹੜੀ ਆ ਉਸ ਨੂੰ ਸਹੀ ਅਰਥਾਂ ਦੇ ਵਿੱਚ, ਆਪਣੀ ਰਾਜ ਭਾਸ਼ਾ ਜਿਹੜੀ ਹੈਗੀ ਆ ਉਹ ਸਹੀ ਅਰਥਾਂ 'ਚ ਰਾਜ ਭਾਸ਼ਾ ਬਣਾਈ ਜਾਵੇ। ਤੇਜਿੰਦਰ ਝੰਡੇਓਕ ਬਰਨਾਲੇ ਤੋਂ ਅੱਜ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਹੈ ਪੰਜਾਬ ਪ੍ਰਸਾਰ ਭਾਰਤੀ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ, ਬਹੁਤ ਵਧੀਆ ਪ੍ਰੋਗਰਾਮ ਹੈ। ਮੇਰਾ ਵਿਊ ਇਹ ਹੈ ਕਿ ਹਰੇਕ ਜਿਹੜਾ ਹੈਗਾ ਘਰ ਦੇ ਵਿੱਚੋਂ ਹੀ ਪੰਜਾਬੀ ਸ਼ੁਰੂ ਹੋਣੀ ਚਾਹੀਦੀ ਹੈ। ਜਿਹੜੇ ਸਾਡੇ ਬੱਚੇ ਨੇ ਉਹ ਪੰਜਾਬੀ ਸਕੂਲਾਂ 'ਚ ਹੋਣੇ ਚਾਹੀਦੇ ਨੇ। ਭਾਸ਼ਾ ਵਿਭਾਗ ਜਿਹੜਾ ਕਿ ਇੱਕ ਭਾਸ਼ਾ ਦੀ ਲਿੰਕ ਹੈ ਪੰਜਾਬ ਦਾ, ਉਸ ਵੱਲੋਂ ਵੀ ਹਰ ਵਾਰ ਚਿੱਠੀਆਂ ਕੱਢੀਆਂ ਜਾਂਦੀਆਂ ਨੇ ਦਫ਼ਤਰਾਂ ਨੂੰ ਕਿ ਪੰਜਾਬੀ ਭਾਸ਼ਾ ਦੇ ਵਿੱਚ ਕੰਮ ਕੀਤਾ ਜਾਵੇ, ਪਰ ਉਹਨਾਂ ਦੀ ਕੋਈ ਚੈਕਿੰਗ ਨਹੀਂ ਕੀਤੀ ਜਾਂਦੀ। ਚੈਕਿੰਗ ਕੀਤੀ ਜਾਵੇ, ਉਹਨਾਂ ਨੂੰ ਪੰਜਾਬੀ ਦੇ ਰਾਹ ਤੋਰਿਆ ਜਾਵੇ, ਅਤੇ ਇਸ ਜਿਹੜੀ ਹੈਗੀ ਆ ਮਾਤ ਭਾਸ਼ਾ ਨੂੰ ਉੱਚ। ਹਾਂਜੀ, ਹਰਬਖਸ਼ ਗਿਰੇਵਾਲ, ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਲੁਧਿਆਣੇ ਤੋਂ। ਅਤੇ ਅੱਜ ਸਾਨੂੰ ਇੱਥੇ ਬਰਨਾਲਾ ਇਕਾਈ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ, ਕਿਉਂਕਿ ਸਾਡੇ ਕੈਨੇਡਾ ਇਕਾਈ ਤੋਂ ਪ੍ਰਮੁੱਖ ਜਿਹੜੇ ਉੱਥੇ ਚਲਾ ਰਹੇ ਨੇ ਉਹਨਾਂ ਤੋਂ ਵਫ਼ਦ ਆਇਆ ਸੀ, ਜਿਨ੍ਹਾਂ 'ਚੋਂ 3 ਜਾਣਿਆਂ 'ਚੋਂ 1 ਜਾਣੇ ਦਵਿੰਦਰ ਸਿੰਘ ਗਟੋਰਾ ਜੀ ਆਏ ਨੇ। ਉਹਨਾਂ ਨੇ ਸਾਰਾ ਪਿਛਲਾ ਆਪਣਾ ਜੋ ਵਿਚਾਰ ਸੀ ਜਾਂ ਸੋਚ ਸੀ ਕਿਵੇਂ ਪੰਜਾਬੀ ਨੂੰ, ਪੰਜਾਬੀਅਤ ਨੂੰ, ਪੰਜਾਬੀ ਵਿਰਾਸਤ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਭਾਸ਼ਾ ਪ੍ਰਸਾਰ ਦੀ ਹੋਂਦ ਲਿਆਂਦੀ ਅਤੇ ਉਹ ਕਿਵੇਂ ਚਲਾ ਰਹੇ, ਅਤੇ ਅਸੀਂ ਅੱਜ ਫਿਰ ਆਪਣੇ ਸਾਥੀਆਂ ਦੇ ਵਿੱਚ ਇਕਾਈ 'ਚ ਬਰਨਾਲੇ ਕੁਛ ਪਿੱਛੇ ਜਿਹੜੀਆਂ ਗਤੀਵਿਧੀਆਂ 1.5 ਸਾਲ ਤੋਂ ਕਰਦੇ ਆਏ ਹਾਂ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰਿਆ, ਪ੍ਰਾਪਤੀਆਂ ਕਰੀਆਂ, ਅਤੇ ਅੱਗੇ ਨੂੰ ਜੋ ਇਹਨਾਂ ਦੇ ਵਿਚਾਰ ਲਏ ਵੀ ਜਿਸ ਮੁੱਦਿਆਂ 'ਤੇ ਚੱਕਣਾ ਚਾਹੀਦਾ, ਕਿਉਂਕਿ ਇਹ ਸੌਖਾ ਨਹੀਂ, ਬਹੁਤ ਲੰਬਾ ਅਰਸਾ ਹੋ ਗਿਆ ਪੋਲੀਟੀਕਲੀ ਪਾਰਟੀਆਂ ਦਾ ਅਣਗਹਿਲੀ, ਸਰਕਾਰਾਂ ਦੀ ਅਣਗਹਿਲੀ, ਲੋਕਾਂ ਦੇ ਵਿੱਚ ਜਾਗਰੂਕਤਾ ਦੇ ਕਾਰਨ ਪੰਜਾਬੀ ਦਾ ਜਿਹੜਾ ਘਾਣ ਬਹੁਤ ਹੋ ਰਿਹਾ ਸੀ। ਅਸੀਂ ਉਹਦੇ ਵਿੱਚ ਸਾਰੀਆਂ ਸੰਸਥਾਵਾਂ ਨੂੰ ਇੱਕ ਗੈਰ ਰਾਜਨੀਤਿਕ, ਗੈਰ ਧਾਰਮਿਕ, ਨਿਸਵਾਰਥ ਹੋ ਕੇ ਅਸੀਂ ਇਹ ਕੰਮ ਨੂੰ, ਮੁੱਦੇ ਨੂੰ ਅੱਗੇ ਲਿਜਾ ਰਹੇ। ਥੈਂਕ ਯੂ। ਅਤੇ ਸਾਰਿਆਂ ਨੂੰ ਅਸੀਂ ਸਾਥ ਭਾਲਦੇ ਹਾਂ ਵੀ ਮਾਂ ਬੋਲੀ ਪੰਜਾਬੀ ਆ, ਇਹ ਜਿਹੜੀ ਆਉਂਦੇ ਟਾਈਮ ਦੇ ਵਿੱਚ ਆਪਣੇ, ਕਿਉਂਕਿ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ
ਸਾਢੇ 12 ਕਰੋੜ ਪੰਜਾਬੀ ਭਾਈਚਾਰਾ ਮੁਸਲਿਮ ਜਾਂ ਕੋਈ ਵੀ ਉਹ ਸਾਰਾ ਲਹਿੰਦੇ ਪੰਜਾਬ ਦੇ ਵਿੱਚ ਰਹਿ ਗਿਆ। 2.5 ਕਰੋੜ ਸਿਰਫ ਹਿੰਦੁਸਤਾਨ 'ਚ ਆਏ ਸੀ, ਉਹਦੇ ਵਿੱਚੋਂ ਵੀ ਪੰਜਾਬੀ ਬੋਲਦਾ ਜਿਹੜਾ ਪੋਲੀਟੀਕਲੀ ਸਿਆਸਤ ਨੇ ਹਿਮਾਚਲ ਪੰਜਾਬੀ ਬੋਲਦਾ ਸੀ ਉਹਨੂੰ ਕੱਟ ਕੇ ਅਲੱਗ ਕਰਤਾ ਪੰਜਾਬ ਨਾਲੋਂ, ਹਰਿਆਣੇ ਨੂੰ ਕੱਟ ਕੇ ਇੱਧਰੋਂ ਕਰਤਾ, ਪੰਜਾਬ ਨੂੰ ਛੋਟਾ ਜਿਹਾ ਲਿਆ। ਇਹਦੇ ਵਿੱਚ ਸਿਆਸਤ ਲੋਕਾਂ ਨੇ ਆਪਣਾ ਸਵਾਰਥ ਦੇਖਣ ਲਈ ਇਹਨੂੰ ਵੀ ਇਹਦੇ ਵਿੱਚ ਵੀ ਪੰਜਾਬੀ ਦਾ ਧਾਨ ਕਰਨਾ ਸ਼ੁਰੂ ਕਰ। ਤੇਜਾ ਸਿੰਘ ਤਿਲਕ, ਬਰਨਾਲਾ, ਪਿੰਡ ਦਾਨਗੜ੍ਹ। ਪੰਜਾਬੀ ਭਾਸ਼ਾ ਪ੍ਰਸਾਰ ਸਭਾ ਵੱਲੋਂ ਜਿਹੜਾ ਇਹ ਪ੍ਰੋਗਰਾਮ ਅੱਜ ਰੱਖਿਆ ਗਿਆ, ਅਸੀਂ ਇਹਨਾਂ ਦੇ ਧੰਨਵਾਦੀ ਹਾਂ ਜੀ ਹੋਇਆਂ ਕਹਿੰਦੇ ਇਹਨਾਂ ਨੂੰ। ਅਤੇ ਪੰਜਾਬੀ ਭਾਸ਼ਾ ਦੀ ਜਿਹੜੀ ਕੋਈ ਸਾਰ ਲਹਿਰ ਹੈ, ਅਸੀਂ ਉਹਨੂੰ ਹਰੇਕ ਨੂੰ ਜੀ ਹੋਇਆਂ ਕਹਿੰਦੇ, ਬਹੁਤ ਵਧੀਆ ਗੱਲ ਹੈ। ਇਹਦੇ ਵਿੱਚ ਅਸੀਂ ਸਾਰੇ ਦੋਸ਼ੀ ਹਾਂ, ਕਿਉਂਕਿ ਅਸੀਂ ਪੰਜਾਬੀ ਹਾਂ, ਸਾਨੂੰ ਪੰਜਾਬੀਅਤ ਦੀ ਸਾਰ ਲੈਣੀ ਚਾਹੀਦੀ ਹੈ। ਜਿਸ ਕਿਸੇ ਨਾਲ ਢੰਗ ਨਾਲ ਵੀ ਕੋਈ ਕਰਦਾ ਹੈ ਉਹਦੀ ਉਹਦਾ। ਮੈਂ ਸਰਬਜੀਤ ਕੌਰ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਦੀ। ਅੱਜ ਜੋ ਇਹ ਪ੍ਰੋਗਰਾਮ ਹੈ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਲਈ, ਪੰਜਾਬੀ ਭਾਸ਼ਾ ਦਾ ਜਿਹੜਾ ਆਪਣਾ ਅਸਰ ਰਸੂਖ ਆ ਉਹ ਘੱਟ ਰਿਹਾ ਹੈਗਾ, ਉਹਦੇ 'ਤੇ ਡਿਬੇਟ ਚੱਲ ਰਹੀ ਸੀ। ਮੈਨੂੰ ਬਹੁਤ ਵਧੀਆ ਲੱਗਿਆ ਵੀ ਪੰਜਾਬੀ ਭਾਸ਼ਾ ਨੂੰ ਉੱਪਰ ਚੱਕਣ ਦੇ ਲਈ ਇੱਕ ਆਪਣੀ ਰਾਜ ਭਾਸ਼ਾ ਦੇ ਲਈ ਆਪਣਾ, ਮੰਨ ਲਓ ਜਿਸ ਤਰ੍ਹਾਂ ਆਪਾਂ ਆਜ਼ਾਦੀ ਦੇ ਲੜੇ ਸੀ, ਹੁਣ ਇੱਕ ਪੰਜਾਬੀ ਦੇ ਲਈ ਲੜਦੇ ਆ ਆਪਣੀ ਭਾਸ਼ਾ ਦੇ ਲਈ। ਸੋ ਮੈਂ ਤਾਂ ਇਹ ਚਾਹੁੰਦੀ ਹਾਂ ਵੀ ਜਿਸ ਤਰ੍ਹਾਂ ਹੁਣ ਆਪਣੇ ਦਫ਼ਤਰਾਂ ਦੇ ਵਿੱਚ ਮੋਸਟਲੀ ਜਿਹੜਾ ਵਰਕ ਆ ਜਾਂ ਕੋਈ ਵੀ ਟੈਸਟ ਆ ਜੋ ਇੰਗਲਿਸ਼ ਦੇ ਵਿੱਚ ਹੋ ਰਿਹਾ ਹੈਗਾ, ਜੇ ਉਹਨੂੰ ਪੰਜਾਬੀ ਦੇ ਵਿੱਚ ਕਰਦੇ ਤਾਂ ਮੋਸਟਲੀ ਬੱਚੇ ਵੀ ਉਹ ਅਤੇ ਜਿਹੜਾ ਲਗਾਓ ਉਹ ਪੰਜਾਬੀ ਦੇ ਵੱਲ ਹੋਏਗਾ, ਕਿਉਂਕਿ ਹੁਣ ਬੱਚਿਆਂ ਦੇ ਮਾਇੰਡ ਦੇ ਵਿੱਚ ਇਹ ਬੈਠ ਚੁੱਕਿਆ ਵੀ ਸਾਨੂੰ ਜੋ ਵੀ ਕੋਈ ਟੈਸਟ ਉਹ ਇੰਗਲਿਸ਼ ਦੇ ਵਿੱਚ ਦੇਣਾ ਜਾਂ ਕੋਈ ਹੋਰ ਕੋਈ ਭਾਸ਼ਾ ਦੇ ਵਿੱਚ ਦੇਣਾ। ਜਦੋਂ ਉਹਨਾਂ ਨੂੰ ਪਤਾ ਲੱਗ ਜਾਏ ਵੀ ਨਹੀਂ ਜੇ ਅਸੀਂ ਸਕਸੈਸ ਹੋਣਾ ਤਾਂ ਸਾਨੂੰ ਪੰਜਾਬੀ ਆਉਣੀ ਜ਼ਰੂਰੀ ਹੈ, ਤਾਂ ਮੋਸਟਲੀ ਬੱਚੇ ਆਪਣੇ ਆਪ ਹੀ ਪੇਰੈਂਟਸ ਵੀ ਬੱਚੇ ਨੂੰ ਪੰਜਾਬੀ ਦੇ ਵੱਲ ਉਹਨਾਂ ਨੂੰ ਬੱਚਿਆਂ ਨੂੰ ਉਤਸ਼ਾਹਿਤ ਕਰਨਗੇ ਵੀ ਨਹੀਂ ਵੀ ਬੱਚੇ ਸਾਨੂੰ ਪੰਜਾਬੀ ਆਉਣੀ ਵੀ ਜ਼ਰੂਰੀ ਹੈ। ਜਦੋਂ ਸਾਡੇ ਮਾਇੰਡ ਦੇ ਵਿੱਚ ਪੇਰੈਂਟਸ ਦੇ ਮਾਇੰਡ ਦੇ ਵਿੱਚ ਇਹ ਹੋ ਜਾਂਦਾ ਵੀ ਨਹੀਂ ਅੱਗੇ ਤਾਂ ਸਾਡੇ ਬੱਚੇ ਨੂੰ ਜੇ ਇੰਗਲਿਸ਼ ਆਊ ਤਾਂ ਅਸੀਂ ਸਕਸੈਸ ਹਾਂ, ਤਾਂ ਹੀ ਉਹ ਪੰਜਾਬੀ ਨੂੰ ਪਿੱਛੇ ਪਿੱਛੇ ਚੱਲਦੇ ਰਹਿੰਦੇ ਵੀ ਪੰਜਾਬੀ ਨੂੰ ਚੱਕਣ ਦੇ ਲਈ ਅੱਗੇ ਲਿਜਾਉਣ ਦੇ ਲਈ ਆਪਾਂ ਨੂੰ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਕੋਈ ਵੀ ਜੇ ਟੈਸਟ ਆ ਜਾਂ ਮੰਨ ਲਓ ਕੋਈ ਵੀ ਕਾਰਵਾਈ ਉਹ ਪੰਜਾਬੀ ਦੇ ਵਿੱਚ ਹੋਣੀ ਚਾਹੀਦੀ। ਮੈਂ ਪਰਮਜੀਤ ਸਿੰਘ ਮਾਨ ਇਸ ਸੰਸਥਾ ਦਾ ਚੇਅਰਮੈਨ ਵੀ ਹਾਂ ਔਰ ਅੱਜ ਸਾਡੀ ਇਸ ਸੰਸਥਾ ਦੇ ਵਿੱਚ ਪੰਜਾਬ ITI ਦੇ ਵਿੱਚ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਮੀਟਿੰਗ ਹੋਈ ਹੈ। ਕੈਨੇਡਾ ਤੋਂ ਵੀ ਮਿੱਤਰ ਪਿਆਰੇ ਆਏ ਸੀ, ਲੁਧਿਆਣੇ ਤੋਂ ਬਾਹਰੋਂ ਵੀ ਆਏ ਸੀ। ਮੈਂ ਸਮਝਦਾ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਬਹੁਤ ਪੁਰਾਣਾ ਔਰ ਇਹ ਕਿਸੇ ਨਾ ਇੱਕ ਧਰਮ ਦੀ ਹੈ ਨਾ ਇੱਕ ਜਾਤੀ ਦੀ ਭਾਸ਼ਾ ਹੈ। ਹੁਣ ਜਿਹੜੇ ਉਪਰਾਲੇ ਹੋਣ ਲੱਗੇ ਨੇ ਸਾਡੇ ਪੰਜਾਬੀ ਲੋਕ ਜਾਗਣ ਲੱਗੇ ਨੇ, ਬਹੁਤ ਵਧੀਆ ਗੱਲ ਹੈ। ਪੰਜਾਬੀ ਆਪਣੇ ਆਪ ਨੂੰ ਪੰਜਾਬੀ ਕਹਾਉਣ 'ਤੇ ਤਾਂ ਬਹੁਤ ਮਾਣ ਮਹਿਸੂਸ ਕਰਦੇ ਨੇ ਪਰ ਬੋਲਣ ਵੇਲੇ ਅਤੇ ਪੜ੍ਹਨ ਵੇਲੇ ਥੋੜ੍ਹਾ ਸੰਕੋਚ ਕਰ ਜਾਂਦੇ ਨੇ। ਸੋ ਹੁਣ ਇਹ ਉਪਰਾਲਾ ਸ਼ੁਰੂ ਹੋਣ ਲੱਗਿਆ ਬਹੁਤ ਵਧੀਆ ਗੱਲ ਹੈ ਮੈਂ ਸਮਝਦਾ, ਕਿਉਂਕਿ ਪੰਜਾਬੀ ਜਿੱਥੇ ਮਰਜ਼ੀ ਚਲਿਆ ਜਾਵੇ ਚਾਹੇ ਉਹ ਕਿਸੇ ਵੀ ਧਰਮ ਦਾ ਹੈ, ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਉਹ ਕਿਤੇ ਵੀ ਜਾ ਕੇ ਵਸੂਗਾ ਉਹਨੂੰ ਲੋਕ ਉੱਥੋਂ ਦੇ ਪੰਜਾਬੀ ਕਰਕੇ ਜਾਣਦੇ ਨੇ। ਮੈਂ ਵੀ ਬਾਹਰ ਬਹੁਤ ਮੁਲਕਾਂ ਦੇ ਵਿੱਚ ਘੁੰਮਿਆ, ਹਿੰਦੁਸਤਾਨ ਦੇ ਵਿੱਚ ਬੜੇ ਸੂਬਿਆਂ ਦੇ ਵਿੱਚ ਜਾਂਦਾ ਰਿਹਾ, ਮੱਲੋ ਮੱਲੀ ਪਤਾ ਲੱਗ ਜਾਂਦਾ ਵੀ ਇਹ ਪੰਜਾਬੀ ਆ ਔਰ ਉਹ ਪਰਿਵਾਰ ਵੀ ਆਲੇ ਦੁਆਲੇ ਕੋਈ ਉਹਨੂੰ ਐਕਸੈਪਟ ਨਹੀਂ ਕਰਦਾ, ਸਾਰੇ ਇਹੀ ਕਹਿੰਦੇ ਨੇ ਵੀ ਇਹ ਪੰਜਾਬੀ ਆ, ਇਹ ਪੰਜਾਬੀ ਪਰਿਵਾਰ ਆ, ਇਹ ਪੰਜਾਬੀ ਬੰਦਾ। ਸੋ ਸਾਡੇ ਲੋਕਾਂ ਦੇ ਵਿੱਚ ਇਹ ਜਾਗਰੂਕ ਆਉਣ ਲੱਗੀ ਹੈ, ਬਹੁਤ ਵਧੀਆ ਗੱਲ ਹੈ। ਬਾਕੀ ਮੈਂ ਸਮਝਦਾ ਵੀ ਇਹ ਕਿਸੇ ਇਕੱਲੇ ਕਾਰੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦਾ ਵੀ ਇਕੱਲਾ ਨਹੀਂ, ਨਾ ਇਕੱਲੀਆਂ ਕੋਈ ਸਹਿਤ ਸਭਾਵਾਂ ਦਾ, ਨਾ ਇਕੱਲੀ ਕਿਸੇ ਜਥੇਬੰਦੀ ਦਾ, ਸਾਨੂੰ ਸਾਰਿਆਂ ਨੂੰ ਰਾਜਨੀਤਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ, ਸਾਰੀਆਂ ਸੰਸਥਾਵਾਂ ਦੇ ਜਿੱਥੇ ਜਿੱਥੇ ਜੋ ਵੀ ਇਹਦੇ ਵਿੱਚ ਕੋਈ ਆਪਦਾ ਹਿੱਸਾ ਪਾ ਸਕਦਾ ਉਹਨੂੰ ਪਾਉਣਾ ਚਾਹੀਦਾ। ਪਿੱਛੇ ਜੇ ਲੱਖੇ ਸਧਾਣੇ ਹੋਰਾਂ ਨੇ, ਵੀਰ ਹੋਰਾਂ ਨੇ ਵੀ ਆਪਣੀ ਮੂਵਮੈਂਟ ਚਲਾਈ,
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਆਪਣੀ ਮੂਵਮੈਂਟ ਚਲਾ ਰਿਹਾ, ਸਹਿਤ ਸਭਾਵਾਂ ਵੀ ਕੰਮ ਕਰ ਰਹੀਆਂ ਨੇ, ਪ੍ਰੈਸ ਵੀ ਆਪਣਾ ਜਿੱਥੇ ਜਿੱਥੇ ਬਣਦਾ ਯੋਗਦਾਨ ਹੈ ਪਾਉਂਦੀ ਹੈ ਪਾ ਰਹੀ ਹੈ। ਅਤੇ ਹਾਲਾਂਕਿ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਦਾ ਕਿ ਮੁੱਖ ਰੋਲ ਬਣਦਾ ਸੀ, ਚਾਹੇ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ, ਮੈਂ ਸਮਝਦਾ ਕਿ ਉਹਨਾਂ ਨੇ ਆਪਦੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਹੜੀ ਕਿ ਉਹਨਾਂ ਨੂੰ ਨਿਭਾਉਣੀ ਚਾਹੀਦੀ ਸੀ। ਔਰ ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਕਿ ਪੰਜਾਬੀ ਭਾਸ਼ਾ ਦੇ ਨਾਂ 'ਤੇ ਸੂਬਾ ਤਾਂ ਵੰਡ ਲੈ ਵੰਡਤਾ ਤੋੜਤਾ ਛੋਟਾ ਕਰਤਾ ਪੰਜਾਬ, ਪਰ ਉਸ ਤੋਂ ਬਾਅਦ ਕੁਰਸੀ ਮਿਲ ਗਈ ਫਿਰ ਉਹ ਵੀ ਅਵੇਸੜੇ ਹੋ ਗਏ, ਉਹਨਾਂ ਨੂੰ ਵੀ ਵੋਟਾਂ ਤੱਕ ਹੀ ਮਤਲਬ ਰਹਿ ਗਿਆ ਅਤੇ ਸਰਕਾਰ ਚਲਾਉਣ ਤੱਕ ਹੀ ਮਤਲਬ ਰਹਿ ਗਿਆ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਬੜੀਆਂ ਚਿੰਤਾ ਦਾ ਵਿਸ਼ਾ ਸੀ। ਔਰ ਆਮ ਜਿਹੜਾ ਜਾਗਰੂਕ ਪੰਜਾਬੀ ਸੀ ਉਹ ਸਮਝਦਾ ਸੀ ਕਿ ਯਾਰ ਬੁੱਲੇ ਸ਼ਾਹ ਦੀ ਭਾਸ਼ਾ, ਇੰਨੀ ਪੁਰਾਣੀ ਭਾਸ਼ਾ ਜਿਹਦੇ ਵਿੱਚ ਐਡੇ ਕਿੱਸੇ ਐਡੀ ਇਹਦੀ ਮਤਲਬ ਸਾਡਾ ਸੱਭਿਆਚਾਰ ਹੈ, ਵੀ ਇਹ ਕਿਸ ਤਰ੍ਹਾਂ ਸਾਰਾ ਰਲਗੰਢ ਜਿਹਾ ਹੁੰਦਾ ਜਾਂਦਾ ਅਤੇ ਗੁੰਮ ਹੁੰਦਾ ਜਾਂਦਾ। ਸੋ ਸਾਰਿਆਂ ਨੇ ਹੁਣ ਰਲ ਮਿਲ ਕੇ ਆਪਣੇ ਆਪਣੇ ਤੌਰ 'ਤੇ ਹੰਭਲਾ ਮਾਰਨ ਲੱਗੇ ਨੇ। ਸੋ ਮੈਂ ਇਹਦਾ ਸਵਾਗਤ ਕਰਦਾ ਔਰ ਮੈਂ ਸਾਰੇ ਪੰਜਾਬ ਦੇ ਵੀਰਾਂ ਨੂੰ ਬੀਬੀਆਂ ਨੂੰ ਭੈਣਾਂ ਨੂੰ ਕਿ ਤੁਸੀਂ ਆਪਦੇ ਆਪਦੇ ਤੌਰ 'ਤੇ ਜਿੰਨਾ ਯੋਗਦਾਨ ਬਣਦਾ ਤੁਸੀਂ ਯੋਗਦਾਨ ਜ਼ਰੂਰ ਪਾਓ, ਕਿਸੇ 'ਤੇ ਕਿੰਤੂ ਪਰੰਤੂ ਨਹੀਂ। ਕਈ ਵਾਰੀ ਕਹਿਣ ਲੱਗ ਜਾਂਦੇ ਤੁਸੀਂ ਕੀ ਕਰ ਰਹੇ ਹੋ, ਤੁਸੀਂ ਕੀ ਕਰ ਰਹੇ ਹੋ, ਤੁਸੀਂ ਆਹ ਨਹੀਂ ਕੀਤਾ ਵਾਹ ਨਹੀਂ ਕੀਤਾ, ਇਹ ਜਿਹਨੂੰ ਅਸੀਂ ਤੁਸੀਂ ਕਹਿ ਕੇ ਕਹਿ ਰਹੇ ਹਾਂ ਨਾ, ਇਹ ਉਹਦਾ ਇਕੱਲੇ ਦਾ ਕੰਮ ਨਹੀਂ ਹੈ। ਮੈਂ ਸਮਝਦਾ ਇਹ ਸਾਡਾ ਵੀ, ਅਸੀਂ ਵੀ ਨਾਲ ਜ਼ਿੰਮੇਦਾਰ ਹਾਂ। ਸੋ ਮੈਂ ਸਾਰੇ ਜਿੱਥੇ ਜਿੱਥੇ ਵੀ ਪੰਜਾਬੀ ਦੇ ਹੱਕ ਦੇ ਵਿੱਚ ਕੋਈ ਗੱਲਬਾਤ ਹੋ ਰਹੀ ਹੈ ਮੈਂ ਸਾਰਿਆਂ ਨੂੰ ਹੀ ਸਿਰ ਝੁਕਾਉਣਾ, ਸਾਰਿਆਂ ਦਾ ਹੀ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਆਓ ਰਲ ਮਿਲ ਕੇ ਆਪਾਂ ਇਹਨੂੰ ਇਕੱਲੀ ਬੋਲਚਾਲ ਦੀ ਭਾਸ਼ਾ ਨਹੀਂ, ਇਹਨੂੰ ਰੁਜ਼ਗਾਰ ਦੀ ਭਾਸ਼ਾ ਵੀ ਬਣਾਈਏ, ਇਹਨੂੰ ਸਕੂਲਾਂ ਦੀ ਭਾਸ਼ਾ ਵੀ ਬਣਾਈਏ, ਇਹਨੂੰ ਦਫ਼ਤਰਾਂ ਦੀ ਭਾਸ਼ਾ ਵੀ ਬਣਾਈਏ ਔਰ ਸਰਕਾਰ ਨੂੰ ਇੰਨਾ ਮਜ਼ਬੂਰ ਕਰ ਦਈਏ ਕਿ ਸਾਡੇ ਜਿਹੜੇ ਨਿਆਂ ਹੈ ਚਾਹੇ ਮੈਡੀਕਲ ਹੈ ਚਾਹੇ ਜੋ ਵੀ ਇੰਜੀਨੀਅਰਿੰਗ ਹੈ, ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈ ਕਿ ਸਾਡੇ ਇਸ ਭਾਸ਼ਾ ਦੇ ਰਾਹੀਂ ਉਹਨੂੰ ਅਸੀਂ ਮਤਲਬ ਅੱਗੇ ਨਹੀਂ ਵੱਧ ਸਕਦੇ। ਸਾਰੇ ਮੁਲਕ ਚਾਹੇ ਰਸ਼ੀਆ ਹੈ, ਜਪਾਨ ਹੈ, ਕੋਰੀਆ ਹੈ, ਸਪੇਨ ਹੈ, ਫਰੈਂਚ ਹੈ, ਸਾਰੇ ਆਪਣੀ ਆਪਣੀ ਭਾਸ਼ਾ ਨਾਲ ਅੱਗੇ ਵਧੇ ਨੇ, ਅਸੀਂ ਵੀ ਵੱਧ ਸਕਦੇ ਹਾਂ।